ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਆਪਾਂ ਕਰਦੇ ਜਾਈਏ ਸੈਨ ਮਕੀਨ ਕਾਉਂਟੀ ਤੇ ਕੈਲਵਰਸ ਕਾਉਂਟੀ ਦੇ ਵਿੱਚ ਅੱਜ ਪੀਜੀਐਨੀ ਦੇ 21000 ਕਸਟਮਰ ਬਗੈਰ ਬਿਜਲੀ ਤੋਂ ਨੇ ਇਹ ਜਿਹੜੀ ਪੀਜੀਐਨੀ ਨੇ ਕਿਹਾ ਵੀ ਮੌਸਮ ਦਾ ਹਵਾਲਾ ਦਿੰਦੇ ਹੋਏ ਇਹ ਬਿਜਲੀ ਕਹਿੰਦੇ ਬੰਦ ਹੋਈ ਆ ਰਿਪਨ ਮੈਂਟੀਕਾ ਆਰਨੋਲਡ ਤੇ ਐਂਜਲਸ ਕੈਂਪ ਵਰਗੇ ਜਿਹੜੇ ਇਲਾਕਿਆਂ ਦੇ ਵਿੱਚ ਬਿਜਲੀ ਇਸ ਟਾਈਮ ਗੁੱਲ ਦੱਸੀ ਜਾ ਰਹੀ ਆ ਜਿਸ ਦੇ ਵਿੱਚ ਕੋਲਕਾਹਰ ਦੇ ਵਿੱਚ ਉਸਹਿਨ ਮਕੀਨ ਦੇ ਵਿੱਚ 14000 ਕਸਟਮਰ ਤੇ ਕੈਲਵਰਸ ਕਾਉਂਟੀ ਦੇ ਵਿੱਚ 7000 ਕਸਟਮਰ ਇਸ ਟਾਈਮ ਬਿਜਲੀ ਤੋਂ ਬਿਨਾਂ ਨੇ ਪੀਜੀਐਨਈ ਨੇ ਆਪਣੇ ਜਿਹੜੇ ਕਰੂਜ਼ ਆ ਉਹਨਾਂ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਹੁਣ ਕਹਿੰਦੇ ਤੋੜਿਆ ਆ ਤੇ ਅਜੇ ਇਹ ਬਿਜਲੀ ਕਦੋਂ ਤੱਕ ਆਊਗੀ ਇਸ ਤੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।